ऑल इंडिया जीव रक्षा बिश्रोए सभा की शिकायत आधार से जंगली जीव सुरक्षा विभाग की टीम ने बीते दिनी कॉलेज रोड से एक नौजवान एक दर्जन बोलने वाले तोते समेत काबू करके उस खिलाफ केस दर्ज किया है। उक्त नौजवान आस्ट्रेलियन पंछियों की आड़ में इन्हों तोतियां गैर कानूनी ढंग नाल वेचदा सी। पेश है अबोहर तो साडे पत्रकार गुरनाम संधू की यह रिपोर्ट। ਕੀ ਨਾਮ ਹੈ ਤੁਹਾਡਾ ਤੇ ਮਤਲਬ ਕਿਸ ਡਿਪਾਰਟਮੈਂਟ ਤੋਂ ਤੁਸੀਂ? ਮੈਂ ਰਮੇਸ਼ ਬਿਸ਼ਨੋਈ ਰਾਸ਼ਟਰੀ ਉਪ ਅਧਿਆਕਸ਼ ਅਖਿਲ ਭਾਰਤੀ ਜੀਵ ਰੱਖਿਆ ਬਿਸ਼ਨੋਈ ਸਭਾ। ਮੈਨੂੰ ਵਿਸ਼ਵਾਸ ਸੂਤਰਾਂ ਤੋਂ ਪਤਾ ਲੱਗਾ ਸੀ ਵੀ ਬੋਰਡ 'ਚ ਤੋਤਿਆਂ ਦਾ ਵਪਾਰ ਹੋ ਰਿਹਾ, ਬੱਚੇ ਕੱਢ ਕੱਢ ਕੇ ਅਤੇ ਕੋਈ ਬੰਦਾ ਵੇਚ ਰਿਹਾ। ਅਸੀਂ ਲਗਭਗ ਸਵਾ ਮਹੀਨਾ ਹੋ ਗਿਆ ਇਹਦੇ ਪਿੱਛੇ, ਅਸੀਂ ਡਿਪਾਰਟਮੈਂਟ ਦੋ ਤਿੰਨ ਵਾਰੀ ਅਸੀਂ ਕੋਸ਼ਿਸ਼ ਵੀ ਕੀਤੀ, ਟਰੈਪ ਟਰੁਪ ਲਾਏ ਸੀ, ਪਰ ਉਹ ਬੰਦਾ ਫੜਨੀ ਹੋਏ। ਕੱਲ੍ਹ ਸਾਨੂੰ ਪਤਾ ਲੱਗਿਆ ਵਿਸ਼ਵਾਸ ਸੂਤਰਾਂ ਤੋਂ ਵੀ ਇਹ ਜਿਹੜੇ ਆ ਤੋਤੀ ਲੈ ਕੇ ਅੱਜ ਹੁਣ ਅਸੀਂ ਆਪਦਾ ਸਿਸਟਮ ਜਿਹੜਾ ਡਿਪਾਰਟਮੈਂਟ ਵੀ ਸੀ ਸਾਰੇ ਸੀਗੇ, ਜਦੋਂ ਇਹ ਲੈ ਕੇ ਚੱਲਿਆ ਇਹਦਾ ਪਿੱਛਾ ਕੀਤਾ, ਉਹਨੂੰ ਜਾ ਕੇ ਉੱਥੇ ਅਸੀਂ ਗਲੀ ਦੇ ਵਿੱਚ ਹਨੁਮਾਨਗੜ੍ਹ ਰੋਡ ਪੈਟਰੋਲ ਪੰਪ ਦੇ ਸਾਹਮਣੇ ਗਲੀ 'ਚ ਰੋਕਿਆ ਇਹਦੇ ਹੱਥ 'ਚ ਲਿਫਾਫੇ 'ਚ ਤੋਤੇ ਪਾ ਰੱਖੇ ਸੀ। ਮੈਂ ਇਹਨੂੰ ਕਿਹਾ ਮੈਂ ਇਹਦੇ 'ਚ ਕੀ ਹੈਗੇ, ਕਹਿੰਦੇ ਤੋਤੇ ਹੈ, ਕਹਿੰਦੇ ਹੋਰ ਕੋਈ ਅਫੀਮ? ਮੈਂ ਅਫੀਮ ਦੀ ਗੱਲ ਨਹੀਂ ਹੈ ਇਹਦੇ 'ਚ, ਕੀ ਕਹਿੰਦੇ ਤੋਤੇ? ਮੈਂ ਕਿੱਥੋਂ ਲਿਆ? ਕਹਿੰਦਾ ਮੈਂ ਤਾਂ ਲਈ ਹੈ। ਮੈਂ ਕਿੰਨੇ ਵਜੇ? ਕਹਿੰਦਾ ਅੱਗੇ ਵੀ ਲੈਣਾ ਰਿਹਾ। ਇਹ ਬੰਦਾ ਚਿੜੀਆਂ ਦਾ ਕੰਮ, ਡੋਗ ਦਾ ਕੰਮ ਕਰਦਾ, ਉਹਦੀ ਇਹ ਵਿੱਚ ਇਹ ਜਿਹੜੇ ਵੇਚਦੇ ਲਗਭਗ 4,000 ਤੱਕ ਵੇਚ ਰਿਹਾ। ਕਿੰਨੇ ਤੋਤੇ ਬਰਾਮਦ ਹੋਏ ਔਰ ਕਿੱਥੋਂ ਕਿੱਥੋਂ ਬਰਾਮਦ ਹੋਏ ਨੇ ਜੀ? ਇਹ ਟੋਟਲ 11 ਹੋਏ ਸੀਗੇ, 5-6 ਤਾਂ ਮੌਕੇ ਲਿਫਾਫੇ 'ਚ ਹੀ ਫੜੇ ਗਏ। ਫਿਰ ਜਦੋਂ ਦੁਬਾਰਾ ਲਿਆਇਆ ਤਾਂ ਡਿਪਾਰਟਮੈਂਟ ਨੇ ਪੁੱਛਗਿੱਛ ਕੀਤੀ ਅਤੇ ਦੁਬਾਰਾ ਜਿਹੜੇ ਡਿਪਾਰਟਮੈਂਟ ਦੇ ਦੱਬਿਸ ਤੇ ਕੇ ਇਹਨਾਂ ਦੇ ਘਰਾਂ ਤੋਂ ਜਿਹੜੇ ਆ ਛੋਟੇ ਬੱਚੇ ਉਹ ਕਰੋ। ਤੁਸੀਂ ਕੀ ਕਾਰਵਾਈ ਕਰੋਗੇ? ਅਸੀਂ ਕਾਰਵਾਈ ਜਿਹੜੀ ਵਾਈਲਡਲਾਈਫ ਜਿਹੜਾ ਡਿਪਾਰਟਮੈਂਟ ਜੀਵ ਜਿਹੜਾ ਜੀਵ ਸੁਰੱਖਿਆ ਵਿਭਾਗ ਹੈ ਇਹਨਾਂ ਨੇ ਜੋ ਏਜ ਏ ਲੋਅ ਜਿਹੜੀ ਕਾਰਵਾਈ ਬਣਦੀ ਹੈ ਇਹ ਜਿਹੜੀ ਕਰਨਗੇ। ਅਤੇ ਬਾਕੀ ਮੈਂ ਤੁਹਾਡੇ ਚੈਨਲ ਰਾਹੀਂ ਇੱਕ ਹੀ ਲੋਕਾਂ ਨੂੰ ਬੇਨਤੀ ਕਰਦਾ ਕਿ ਜਿਹੜੇ ਇਹੋ ਜਿਹੇ ਕ੍ਰਾਈਮ ਜਿਹੜੇ ਹੋ ਰਹੇ, ਦੇਖੋ ਕੁਛ ਚੀਜ਼ਾਂ ਪਰਮਿਸ਼ਨ ਦੀ ਹੈ, ਜਿਵੇਂ ਆਸਟ੍ਰੇਲੀਆ ਦੀ ਚਿੜੀਆਂ ਉਹ ਪਰਮਿਸ਼ਨ ਆ ਉਹ ਤਾਂ ਵੇਚ ਰਹੇ, ਪਰ ਜਿਹੜੇ ਅਨਲੀਗਲ ਕੋਈ ਜੰਗਲੀ ਜਾਨਵਰ ਹੈ ਕੋਈ ਪੰਛੀ ਇਹਨਾਂ ਨੂੰ ਨਾ ਵੇਚੋ। ਹੁਣ ਇਹ ਦੇਖ ਰਹੇ ਹੋ ਕਿਵੇਂ ਉਹ ਵਿਚਾਰੇ ਮਰ ਵੀ ਰਹੇ ਹੈ, ਅਤੇ ਇਸ ਵਾਸਤੇ ਮੈਂ ਇਹੀ ਬੇਨਤੀ ਕਰਦਾ ਅਤੇ ਨਾਲੇ ਤੁਹਾਡੇ ਚੈਨਲ ਰਾਹੀਂ ਸਰਕਾਰ ਤੋਂ ਵੀ ਬੇਨਤੀ ਕਰਨਾ ਚਾਹੁੰਦਾ ਕਿ ਇਹ ਜਿਹੜਾ ਕਾਨੂੰਨ ਹੈ ਵਾਈਲਡ ਲਾਈਫ ਜਿਹੜਾ 1972 ਦਾ ਪੁਰਾਣਾ